हर घर चो जे एक जवाक बाहर ना जावे ए हो नहीं सकता ते पंजाबी फिल्मां च जे कमेडी एक्टर ना होवे ए हो नहीं सकता ते साडे घरे जे परौणे आए हुण आलू वाला परौंठा ना बने ए हो नहीं सकता। हाँ जी गुड मॉर्निंग, बट साडा जिहड़ा परौणा वा ए सुक्का खांदा आलू वाला परौंठा, ना मखणी ना दही होर कुछ तां खा लो जी। ਕਿਰਨ ਡੈਡੀ ਨਾਲ ਗਏ ਹੋਏ ਇੱਥੇ ਆਪਣੇ ਮਨਸੂਰਾ ਅੱਖ ਵਾਲੇ ਹਸਪਤਾਲ 'ਚ, ਉਹਦੀ ਅੱਖਾਂ ਚੈੱਕ ਕਰਾਉਣੀਆਂ ਸੀਗੀਆਂ ਅਤੇ ਅਸੀਂ ਹੁਣ ਰੋਟੀ ਖਾ ਕੇ ਫਿਰ ਹੋਣਾ ਰੈਡੀ, ਫਿਰ ਅਸੀਂ ਜਾਣਾ ਵਾ ਲੁਧਿਆਣੇ, ਫਿਰ ਉੱਥੇ ਅਸੀਂ ਕੀ ਕਰਾਂਗੇ ਫਨ ਹੋਸਪਿਟਲ 'ਚ ਵੀ ਜਾਣਾ, ਉੱਥੇ ਵੀ ਹਾਂ ਉੱਥੇ ਸਕਿਨ ਦੀ ਦਵਾਈ ਲੈਣੀ ਹੈ ਨਾ। ਫਿਰ ਤੁਹਾਡਾ ਕੱਲ੍ਹ ਦਾ ਜੀ ਲੱਗ ਗਿਆ ਇੰਨਾਂ ਦਾ, ਰਾਤ ਨੀਂਦ ਨੂੰਦ ਵਧੀਆ ਆਈ, ਕੋਈ ਪਰੇਸ਼ਾਨੀ ਹੈ? ਇਹ ਆਪਦੇ ਘਰ ਤੋਂ ਬਿਨਾਂ ਜੀ ਲਾਉਂਦੀਆਂ ਨਹੀਂ ਹੈਗੀਆਂ, ਮੈਨੂੰ ਪੂਰਾ ਭਰੋਸਾ। ਇਹ ਵੱਧ ਤੋਂ ਵੱਧ 2 ਦਿਨ ਔਖੇ ਸੌਖੇ ਕੱਟਣ ਕੇ ਕੱਟ ਲਉਂਗੀਆਂ, ਬਟ ਹੁਣ ਮੈਂ ਤਾਂ ਕਹਿਣਾ ਤੁਸੀਂ ਛੁੱਟੀਆਂ ਇੱਥੇ ਰਹੋ। ਫਿਰ ਅੱਜ ਹਲੇ 28-29 ਹੋਈ ਆ, 28 ਹੋਈ ਆ, 4 ਦਿਨ ਪਏ ਆ ਨਾ। ਮੇਰੀ ਗੱਲ ਸੁਣ, ਜੇ ਇੱਥੇ ਰਹੇਗੀ 2-3 ਛੁੱਟੀਆਂ ਵੱਧ ਹੋ ਜਾਣਗੀਆਂ। ਮੈਂ ਨਹੀਂ ਕਰਨੀ ਮੈਂ ਤੇ ਪਵਨ ਨੇ ਤਾਂ ਇਹ ਪਲਾਨ ਬਣਾਇਆ ਸੀਗਾ ਵੀ ਜਦੋਂ ਸਿਮ ਹੁਣੀ ਆਉਣਗੀਆਂ ਅਸੀਂ ਮਨੀਕਰਨ ਸਾਹਿਬ ਜਾਵਾਂਗੇ ਵੀ, ਨਾਲੇ ਤਾਂ ਮੰਮੀ ਤਮੰਨਾ ਪੂਰੀ ਹੋਜੂ, ਨਾਲੇ ਸਿਮ ਤੇ ਕਿਰਨ ਘੁੰਮੇ ਆਉਣਗੇ। ਬਟ ਖਰਾਬ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਹਾੜਾਂ ਜਾਣ ਦਾ ਪਲਾਨ ਕੈਂਸਲ ਕਰਤਾ। ਅੱਜ ਤਾਂ ਅਸੀਂ ਲੁਧਿਆਣੇ ਘੁੰਮਾਂਗੇ, ਕੱਲ੍ਹ ਨੂੰ ਦੇਖਦੇ ਅਸੀਂ ਨੇੜੇ ਤੇੜੇ ਕਿਤੇ ਹੋਰ ਜਾ ਕੇ ਆਵਾਂਗੇ। ਅੱਜ ਜੋਧਾਂ 'ਚ ਵੀ ਬਹੁਤ ਮੌਸਮ ਖਰਾਬ ਆ, ਅੱਜ ਮੀਂਹ ਦੇ ਚਾਂਸ ਤਾਂ ਇੰਟਰਨੈਟ 'ਤੇ 70% ਹੀ ਆ, ਬਟ ਅੱਜ ਅਸੀਂ ਜਨਰੇਟਰ ਲਾਇਆ ਨਾ ਪੱਠਿਆਂ ਨੂੰ, ਅੱਜ 100% ਆ ਗਈ, ਮੀਂਹ ਪਊਗਾ ਹੀ ਪਊਗਾ। ਪਿਛਲੇ 5-6 ਦਿਨਾਂ ਤੋਂ 80-80%, 90-90% ਮੀਂਹ ਲਿਖਿਆ ਹੁੰਦਾ ਪਰਸੈਪਸ਼ਨ ਇੰਟਰਨੈਟ 'ਤੇ, ਪਰ ਮੀਂਹ ਨਹੀਂ ਪੈਂਦਾ। ਅੱਜ ਆਪਣੇ ਜਨਰੇਟਰ ਚੱਲਦਾ, ਅੱਜ ਮੀਂਹ ਪਊਗਾ ਹੀ ਪਊਗਾ, ਲਿਖਾ ਕੇ ਲੈ ਲਓ। ਇੱਧਰੋਂ ਤਾਂ ਪੂਰੀਆਂ ਕਾਲੀਆਂ ਘਟਾਵਾਂ ਚੜ੍ਹ ਕੇ ਆ ਰਹੀਆਂ ਨੇ, ਅੱਜ ਆਊਗਾ ਲੱਗਦਾ ਨਹੀਂ ਯਾਰ, ਅੱਜ ਤਾਂ ਮੀਂਹ ਆਊਗਾ ਹੀ ਆਊਗਾ। ਬੱਦਲ ਆਉਣ ਨੂੰ ਵੀ ਪੂਰਾ ਤਿਆਰ ਆ, ਤੇ ਇਧਰ ਫੌਜਾਂ ਵੀ ਪੂਰੀਆਂ ਤਿਆਰ ਪਰ ਤਿਆਰ ਨੇ। ਚੱਲੀਏ ਵੀ, ਦੇਖੋ ਸਭ ਤੋਂ ਲੇਟ ਕੌਣ ਤਿਆਰ ਹੈ ਦੱਸੋ ਹੁਣ ਅੱਜ। ਪਰ ਲੇਟ ਕੌਣ ਹੋਇਆ ਤਿਆਰ? ਹਾਂ ਜਿਹੜੀ ਗੱਲ ਆ ਮੁੱਦੇ ਦੀ, ਲਾਸਟ ਮੈਂ ਥੋਤੋਂ ਵੀ ਪਹਿਲਾਂ ਤਿਆਰ ਹੋ ਗਿਆ ਸੀ। ਮੇਰੇ ਬੂਟ ਕਿਹਨੇ ਪਹਿਲਾਂ ਪਾਏ? ਉਹ ਜਦੀ ਬਾਹਾਂ ਕੱਢ ਲੈਂਦਾ ਜਦੋਂ ਮੈਂ ਗੱਡੀ ਵੱਲ ਨੂੰ ਜਾਂਦਾ ਹੁੰਦਾ। ਆ ਗਿਆ ਗੱਡੀ ਲੈ ਕੇ, ਬਾਹਾਂ ਹਾਲੇ ਵੀ ਕੱਢੀ ਹੋਈ ਖੜਾ ਵਾ। ਲੁਧਿਆਣਾ ਰਣਸ਼ੇਰ ਸੁਪਰਮੈਨ ਸਿਮ ਕਹਿੰਦੀ ਰਣਸ਼ੇਰ ਨੂੰ ਮੈਂ ਫੜਨਾ ਮੱਝ, ਐ ਕਰਾਂਗੇ ਸਿਮ ਜਦੋਂ ਹੁਣ ਆਪਾਂ ਬਾਹਰ ਜਾ ਕੇ ਕਿਤੇ ਵੀ ਉਤਰਾਂਗੇ, ਰਣਸ਼ੇਰ ਨੂੰ ਪੂਰਾ ਚੱਕਣ ਦਾ ਤੈਨੂੰ ਮੌਕਾ ਦਊਂਗੀ ਮੈਂ, ਤੇ ਤੂੰ ਚੱਕ ਕੇ ਰੱਖਣਾ ਰਣਸ਼ੇਰ ਨੂੰ, ਠੀਕ ਹੈ? ਹਾਂ ਹੁਣ ਗਿਰ ਜੂਗਾ, ਕਹਿੰਦੇ ਚਾਚੀ ਛੇਤੀ ਫੜਾ ਇਹਨੂੰ ਮਗਰ। ਚੱਲ ਜੀ, ਇਹਨੇ ਵੈਸੇ ਮਗਰ ਬਾਹਲਾ ਟਾਈਮ ਟੇਕ ਕੇ ਨੀ ਬਹਿਣਾ, ਹੁਣ ਇਹਨੂੰ ਇੱਥੇ ਮੂਹਰੇ ਬਹਿਣ ਦੀ ਆਦਤ ਪਈ ਹੋਈ ਆ। ਹਾਂਜੀ ਇੱਧਰ ਨੂੰ ਆ ਗਿਆ ਮੀਂਹ, ਸ਼ੁਕਰ ਆ ਅਸੀਂ ਵੀ ਥੋੜੀ ਜਿਹੀ ਮੀਂਹ ਦੀ ਸ਼ਕਲ ਦੇਖੀ ਅੱਜ, ਪਰ ਮੀਂਹ ਹੈ ਮਿਲਾ ਜੋਧਾ ਨਹੀਂ ਹੋਣਾ, ਇੱਥੇ ਇੱਥੇ ਹੀ ਹੋਊਗਾ ਕਿਉਂਕਿ ਲੁਧਿਆਣੇ ਤਾਂ ਹਮੇਸ਼ਾ ਮੀਂਹ ਪੈ ਜਾਂਦਾ, ਜੋਧਾ ਰਹਿ ਜਾਂਦਾ। ਹਾਂਜੀ ਪਰ ਐ ਨੀ ਹੈਗਾ ਵੀ ਉੱਪਰ ਬੱਦਲ ਐਨ ਪੂਰੇ ਘੁਲੇ ਜੇ ਹੋਏ ਨੇ, ਮਤਲਬ ਮੀਂਹ ਵਾਲੇ ਨੇ ਕਿਤੇ ਕਿਤੇ ਜੇ ਹੀ ਨੇ। ਉਹਨੇ ਕੀ ਕਰੀ ਮਾਰ ਹਰ ਵਾਰ ਜੀ ਇੱਕ ਪਹਿਲਾਂ ਮਾਰ ਪਹਿਲਾਂ ਹੀ ਡਿਊਟੀ ਜੀ ਮਾਰਦਾ ਸੀਗਾ ਕੱਲ, ਕਹਿੰਦਾ ਚੀਕਾਂ ਬਹੁਤ ਮਾਰਨ ਲੱਗ ਗਿਆ।
ਲੁਧਿਆਣੇ ਚ ਤਾਂ ਮੀਂਹ ਇਧਰ ਖਾਸਾ ਪਿਆ ਹੋਇਆ ਮਾਡਲ ਟਾਊਨ ਵੱਲੀ ਨੂੰ ਹੋਰ ਯਾਰ ਬਸ ਸਾਡੇ ਨਹੀਂ ਆਉਂਦਾ ਹੈਗਾ ਉਧਰ ਸਾਡਾ ਡੈਡੀ ਰੋਜ਼ ਫੁੱਕੀ ਜਾਂਦੇ ਆ ਸਾਡਾ ਡੈਡੀ ਰੋਜ਼ ਬੱਦਲ ਨੂੰ ਦੇ ਕੇ ਮੋਟਰ ਦੀ ਸੋਚ ਬੰਦ ਕਰੇ ਆਉਂਦਾ ਇੱਥੇ ਤਾਂ ਮੀਂਹ ਪੂਰਾ ਦੱਬ ਕੇ ਪਿਆ ਹੋਇਆ ਵਾਹਿਗੁਰੂ 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 ਤਾਂ ਸਾਰੀ ਸੜਕ ਤੇ ਪੂਰਾ ਮੀਂਹ ਹੈ ਨਾ ਇੱਥੇ ਅਸੀਂ ਜਾਣਾ ਕਿੰਨੇ ਬਸ 100 ਮੀਟਰ ਤੇ ਹੀ ਆ 100 ਮੀਟਰ ਤੇ ਫਿਰ ਉਤਰਨਾ ਹੀ ਹੋਣਾ ਮੈਡੀਸਨ 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 ਇੱਥੇ ਤਾਂ ਨਹੀਂ ਦਵਾਈ ਲੈ ਹੋਣੀ ਅੱਜ ਗੱਡੀ ਚ ਉਤਰਨ ਦਾ ਥਾਂ ਇੱਕ ਪਾਸੇ ਸੀਗਾ ਮੇਰੇ ਵਾਲੇ ਪਾਸੇ ਤਾਂ ਪਾਣੀ ਵੱਧਦਾ ਹੀ ਜਾ ਰਿਹਾ ਔਖਾ ਹੀ ਆ ਨਾ ਕੰਮ ਬਹੁਤ ਔਖਾ ਯਾਰ ਮੇਨ ਜਿੱਥੇ ਡਾਕਟਰਾਂ ਦੇ ਘਰ ਹੁਣ ਉੱਥੇ ਇੰਨਾ ਪਾਣੀ ਖੜਦਾ ਹੋਵੇ ਵਧੀਆ ਗੱਲ ਨੀ ਹੈਗੀ ਯਾਰ ਬਹੁਤ ਪਾਣੀ ਆ ਜਦ ਅਸੀਂ ਉਹ ਦੀਪ ਹਸਪਤਾਲ ਤੋਂ ਆਏ ਆ ਉਧਰਲੀ ਸਾਈਡ ਤੋਂ ਪਾਣੀ ਓ ਪਾਣੀ ਆ ਬਈ ਸਾਰੇ ਪਾਸੇ ਆਪਣੇ ਪਿੰਡਾਂ ਨੂੰ ਮਾੜਾ ਹਾਲ ਆ ਉਹ ਬੇਚਾਰੇ ਉੱਥੇ ਜਿਹੜੇ ਡਾਕਟਰ ਦੇ ਉਹ ਕਰਦੇ ਆ ਕੰਮ ਕਰਦੇ ਆ ਨਰਸਾਂ ਨੇ ਹਨਾ ਵਿਚਾਰੀਆਂ ਜਮੀ ਭਿੱਜ ਭਿੱਜ ਆਈਆਂ ਨੇ ਉੱਥੇ ਆ ਦੇਖ ਤਾ ਸੀ ਹੋਰ ਇੱਥੇ ਦਾ ਬੰਦਾ ਉੱਤਰ ਵੀ ਨਹੀਂ ਸਕਦਾ ਬਹੁਤ ਹੀ ਮਾੜਾ ਹਾਲ ਆ ਬਹੁਤ ਹੀ ਜ਼ਿਆਦਾ ਮਾੜਾ ਸਹੀ ਬਾਤ ਹੈ ਅੱਛਾ ਜੀ ਠੀਕ ਆ ਜੀ ਹੁਣ ਦੱਸ ਮੈਡੀਕਲ ਸਟੋਰ ਤੇ ਜਾਣਾ ਕਿਵੇਂ ਜਾਈਏ ਇਹ ਵੀ ਇੱਕ ਟਾਸਕ ਅੱਜ ਮੈਂ ਤਾਂ ਕਹਿੰਦੀ ਬੂਟ ਲਾ ਦੋ ਆਪਦੀ ਲੋਰ ਦੀਆਂ ਮੂੜੀਆਂ ਉੱਤੇ ਨੂੰ ਮੋੜ ਲਓ ਹਾਂ ਤੇ ਤੁਸੀਂ ਜਾਓ ਮੈਡੀਕਲ ਚੱਪਲਾਂ ਪਾ ਕੇ ਆਣਾ ਰੋਜ਼ ਅੱਜ ਮੈਂ ਬੂਟ ਪਾਇਆ ਹੈ ਕੋਈ ਨਹੀਂ ਬੂਟ ਗੱਡੀ ਚ ਲਾ ਦੋ ਮੈਡੀਕਲ ਮਿਲੀ ਗਿਆ ਵੀ ਜਿੱਥੇ ਅਸੀਂ ਉਤਰ ਕੇ ਜਾ ਸਕਦੇ ਆ ਤੇ ਹੁਣ ਪਿੰਦਰ ਚੱਲਿਆ ਦਵਾਈ ਲੈਣ ਕਿਉਂ ਬਈ ਜਵਾਕੋ ਬਈ ਜਿਹੜੀ ਡਾਕਟਰ ਕੋਲ ਜਾ ਕੇ ਆਏ ਆ ਉਹਦੀ ਹੈਂਡ ਰਾਈਟਿੰਗ ਬਹੁਤ ਸੋਹਣੀ ਆ ਸਾਡੀ ਸਿਮ ਨੇ ਪਹਿਲਾਂ ਉਹੀ ਦੇਖੀ ਆ ਜਲੰਧਰ ਦੀ ਐਡ ਆਉਂਦੀ ਸੀ ਫਨ ਸਿਟੀ ਇੱਥੇ ਆਓ ਤੇ ਘੁੰਮੋ ਇੰਜੋਏ ਕਰੋ ਪਰ ਉਹ ਫਨ ਸਿਟੀ ਦੂਜੀ ਹੁੰਦੀ ਸੀ ਚੰਡੀਗੜ੍ਹ ਵਾਲੀ ਅਸੀਂ ਇਹਦੇ ਤੇ ਬਣਾਤਾ ਚਲੋ ਵੀ ਹੁਣ ਆਪਾਂ ਚੱਲੀਏ ਅੱਜ ਕੈਰੀ ਔਨ ਜੱਟਾ ਫਿਲਮ ਲੱਗੀ ਹੋਈ ਆ ਪਾਰਕਿੰਗ ਪੂਰੀ ਫੁੱਲ ਆ ਕਿਸੇ ਨੂੰ ਪਾਰਕਿੰਗ ਨਹੀਂ ਮਿਲ ਰਹੀ ਅੱਜ ਵੀ ਆਰ ਲੱਕੀ ਵੀ ਆਰ ਲੱਕੀ ਅੱਜ ਪਤਾ ਪਾਰਕਿੰਗ ਕਿਉਂ ਮਿਲ ਗਈ ਅੱਜ ਇਹਨਾਂ ਨੇ ਫਨ ਸਿਟੀ ਜਾਣਾ ਕਹਿੰਦੀਆਂ ਵਧੀਆ ਰਣਸ਼ੀਰ ਛੋਟਾ ਬੰਨੀ ਫਿਲਮ ਦੇਖਣ ਲੈ ਜਾਣਾ ਸੀ ਬੈਗ ਚੱਕ ਲਿਆ ਥੱਲੇ ਵੀ ਦੇਖ ਲਈ ਕਹਿੰਦੀ ਉਹ ਦੇ ਫਨ ਸਿਟੀ ਪੰਜਾਬੀ ਚ ਵੀ ਲਿਖਿਆ ਹੋਇਆ ਜੇ ਅੰਗਰੇਜ਼ੀ ਨਹੀਂ ਪੜ੍ਹਨਾ ਆਉਂਦਾ ਹੈ ਸ਼ਾਬਾਸ਼ ਜੇ ਤੇਰੇ ਨਹੀਂ ਵੈਸੇ ਮੈਨੂੰ ਮਾਲ ਜਾ ਕੇ ਸੁਣਨਾ ਬੰਦ ਹੋ ਜਾਂਦਾ ਪਰ ਤੂੰ ਮੈਨੂੰ ਪਰ ਤੂੰ ਮੈਨੂੰ ਦਿਖਾਤਾ ਨਾ ਨਹੀਂ ਇਹਨੇ ਮੈਨੂੰ ਦਿਖਾਤਾ ਹੈ ਇਸ਼ਾਰਾ ਕਰਕੇ ਸਾਰਾ ਫਿਲਮ ਦਾ ਰਸ਼ ਹੀ ਆ ਕਦਮ ਕਹਿੰਦੇ ਤੇਜ਼ੀ ਨਾਲ ਵਧਦੇ ਹੋਏ ਚੱਲ ਹੌਲੀ ਦੇਣੇ ਇਹ ਕਰ ਕ੍ਰੋਸ ਸਭ ਤੋਂ ਪਹਿਲਾਂ ਕਹਿੰਦੇ ਕਾਰਾਂ ਚ ਪੈਣਾ ਵਾ ਚੰਗੀ ਤਰ੍ਹਾਂ ਚਲਾਓ
ਬਸ ਐਂ ਚੱਲਦੀ ਹੋਣਗੀਆਂ ਜਵਾਕਾਂ ਨੀ ਨੇ ਮਾਰੋ ਇੱਕ ਦੂਜੀ ਚ ਇੱਕ ਦੂਜੀ ਚ ਮਾਰੋ ਤਾਂ ਸਹੀ ਇਹ ਤਾਂ ਬਚਾਉਂਦੀਆਂ ਨੇ ਜਦੋਂ ਮੈਂ ਤੇ ਹਰਮਨ ਖੇਡ ਦਿੰਦੇ ਸੀਗੇ ਅਸੀਂ ਇੱਕ ਦੂਜੇ ਮਾਰਦੇ ਹੁੰਦੇ ਸੀ ਇਹ ਤਾਂ ਡਰਦੀਆਂ ਨੇ ਅੱਜ ਅੱਕ ਏ ਅੱਜ ਅੱਕ ਬੈਕ ਕਰਕੇ ਮੋੜ ਦਿਓ ਉਹਨੂੰ ਹਾਂ ਗੇੜੇ ਕੱਢ ਲਓ ਗੇੜੇ ਫਿਰ ਨਹੀਂ ਥੋੜੀ ਗੱਡੀ ਫਾਸਟ ਜਾਣੀ ਆ गेम का नाम तो पता नहीं किया मैनू देखदा कौन गोल करदा लै भी कोई भी नहीं गोल कराउंदा पॉइंट कितने आउंदे आ 2-0 ਕਰਨ ਨੇ ਦੋ ਕਰਤੇ ਸਰ ਸੈਮ ਦੇ ਦੋ ਗੋਲ ਮੈਂ ਕਰਤੇ ਬਰਾਬਰ ਹੋ ਗਿਆ ਮੈਚ ਇਹਨਾਂ ਦਾ ਹੁਣ ਦੇਖਦੇ ਕੌਣ ਜਿੱਤਦਾ ਇਸ ਮੈਚ ਦੇ ਵਿਨਰ ਰਹਿ ਗਿਆ ਕਰਨ ਤਾਲੀਆਂ 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 ਕਹਿੰਦੀ ਠੋਕਦੀ ਠੋਕੀ ਜਾਂਦੀ ਹੈ ਚੱਲ ਚੱਲ ਜਾਣਦੇ ਇਹ ਗੇਮਾਂ ਦੋਨੀ ਸੇਮ ਨੇ ਦੋਨੇ ਚੌਥੇ ਨੰਬਰ ਤੇ ਆ ਚਾਰ ਹੀ ਗੱਡੀਆਂ ਨੇ ਚੌਥੇ ਦੀ ਨੇ ਹੈ ਥਰਡ ਤੇ ਆ ਗਈ ਚੱਕਦੇ ਚੱਕਦੇ ਓ ਭਾਈ ਸੜਕ ਤੇ ਚਲਾਉਣੇ ਸੜਕ ਤੇ ਇਹ 50 ਵੱਧ ਲੈਂਦੀਆਂ ਨੇ ਮੁੜ ਕੇ ਰੁਕਦੀ ਨਹੀਂ ਯੂ ਲੂਜ਼ ਕਹਿੰਦੇ ਛੋਟੇ ਚ ਵਕਤ ਹੁਣ ਲੱਗੇ ਗੱਡੀਆਂ ਚਲਾਉਣ चलो भी स्टार्ट दब दी हम मोटरसाइकिल चलाने इन्होंने आ की चीज है जवाक भजे आरे ਕਹਿੰਦੇ ਪੰਧੇਰਾਂ ਦੀਆਂ ਕੁੜੀਆਂ ਆ ਗਈਆਂ ਕਹਿੰਦੇ ਪਾਤਾ ਗਾਹ ਕਹਿੰਦੇ ਇਹਨਾਂ ਨੇ ਚੱਕਦੇ ਫਟੇ ਕਹਿੰਦੇ ਅੱਜ ਨਹੀਂ ਬਚਦਾ ਕੋਈ ਚੱਕ ਦੋ ਫਟੇ ਜਾਉਂਦਾ ਨਾ ਜਾਵੇ ਕੋਈ ਕੋਈ ਜਾਉਂਦਾ ਨਾ ਜਾਵੇ ਫਟੇ ਬਈ ਕੋਈ ਨਹੀਂ ਬਚਿਆ ਸਾਰਾ ਸਫਾਇਆ ਕਰਦਾ ਓਏ ਹੌਲੀ ਓਏ ਹੌਲੀ ਸਿਮ ਨੇ ਪਹਿਲੀ ਮਾਰੀ ਉਹ ਸਿੱਧੀ ਉੱਪਰ ਮਾਰੀ ਚੱਕ ਕੇ ਉੱਤੇ ਆਓ ਤੇ घरे जे असीं माड़ा जिहा बोलदे उठ खड़ता वा हुण इन्ना रौला पैंदा ना कोई फर्क नहीं घंटा हो गया असीं गेमां खेल लिया हुण इत्थों थोड़ी शॉपिंग करके फिर बाहर रोटी खाण जावां कि शॉपिंग करन तों पहलां थोड़ा जिहा पेट च दाणा तां चाहीदा वा आलू 20 रुपए किलो प्याज 25 रुपए किलो टमाटर 95 किलो ले लो भाई सब्जी वाला क्या भाई फंक्शन भी हो गया थोड़ा बहुत खा पी भी लिया हुन टाइम टू शॉपिंग शॉपिंग की ना करनी है सिर्फ सेमन है इनू दो चीजा ही मिलनी ने बस तुसी ले सकते हो पा सकते हो लेके हैं ते हुण डैड ऑन ड्यूटी
ਜੱਦਾ ਰਣਸ਼ੇਰ ਨੂੰ ਮੈਂ ਸਾਂਭਿਆ ਸੀ ਤੇ ਹੁਣ ਪਿੰਦਰ ਸਾਂਭਿਆ ਨਾ ਕਿ ਜੱਦਾ ਤੇ ਕੱਲੀ ਨਹੀਂ ਸਾਂਭਿਆ ਸੀ ਵਾਰੀ ਵਾਰੀ ਤਿੰਨ ਵਾਰੀ ਚਾਰ ਵਾਰੀ ਚੱਕ ਲਿਆ ਹਾਂ ਹੁਣ ਮੇਰੇ ਸ਼ਾਪਿੰਗ ਟਾਈਮ ਨਾਲੇ ਅੱਜ ਮੈਂ ਦੋ ਜਵਾਕ ਹੋਰ ਵੀ ਸਾਂਭ ਰਿਆ ਨਾ ਅੱਛਾ ਉਹ ਇਹ ਜਵਾਕ ਥੋੜੀ ਨੇ ਤੇ ਵੱਡੀਆਂ ਹੋ ਗਈਆਂ ਵੱਡੀ ਹੋ ਗਈ ਤੇ ਰਣਸ਼ੇਰ ਪੂਰਾ ਐਕਸਾਈਟਡ ਆ ਬਾਹਰ ਦੇਖ ਦੇ ਕੇ ਮੰਮੀ ਕੋਸ ਹੋਰ ਵੀ ਬੋਲ ਲਿਆ ਕਿ ਕੋਈ ਗੱਲ ਹੈ ਤੇ ਜੋ ਹੈ ਉਹ ਹੈ ਮੈਂ ਬੋਰ ਹੋਇਆ ਪਿਆ ਤੇ ਜੋ ਹੈ ਉਹ ਹੈ ਰਣਸ਼ੇਰ ਹਰ ਚੀਜ਼ ਨੂੰ ਪੂਰਾ ਨੋਟਿਸ ਕਰਦਾ ਵਾ ਬਸ ਉੱਥੇ ਮੂਹਰੇ ਮੈਕਸ ਲਿਖਿਆ ਸੀ ਇਹਨੇ ਪੂਰਾ ਦੇਖਿਆ ਉਹਦੇ ਵੱਲ ਗੌਰ ਨਾਲ ਇਹ ਇੰਟੈਲੀਜੈਂਟ ਜਵਾਕ ਬਣੂ ਹਾਂ ਉਹਨੂੰ ਦੇਖ ਰਿਹਾ ਮੱਛਰ ਵੀ ਲੜਾਈ ਫਿਰਦਾ ਏ ਕਿਥੋਂ ਲੜਾਇਆ ਕਿਥੋਂ ਲੜਾਇਆ ਜੀ ਮੱਛਰ ਟਿੱਡੇ ਨੇ ਚੱਲ ਠੀਕ ਆ ਪੁੱਤ ਮੰਮਾ ਸ਼ੋਪਿੰਗ ਕਰ ਲਵੇ ਰਣਸ਼ੇਰ ਹੋਣਾ ਪੋਸਟਰ ਨੂੰ ਵੀ ਚੰਗੀ ਤਰ੍ਹਾਂ ਦੇਖ ਰਿਹਾ ਓਏ ਹਾਂ ਤੈਨੂੰ ਸੋਹਣੀ ਚਾਹੇ ਲੱਗੇ ਚਾਹੇ ਮੈਂ ਡੈਡਾ ਨੇ ਜਰੂਰ ਦੇਖਣੀ ਆ ਓਏ ਟਿੱਡਿਆ ਇੱਧਰ ਦੇਖ ਤੈਨੂੰ ਦਵਾਵਾਂ ਤੈਨੂੰ ਸਮਾਈਲ ਦਵਾਵਾਂ ਤੈਨੂੰ ਸਮਾਈਲ ਪੂਰਾ ਖੁਸ਼ ਆ ਰਣਸ਼ੇਰ ਇੱਧਰ ਨੂੰ ਉਗਰ ਰਣਸ਼ੇਰ ਤੇਰੀ ਸਕਿਨ ਬੜੀ ਗਲੋ ਕਰਦੀ ਆ ਕੀ ਰਾਜ ਆ ਦੱਸੋ ਕੀ ਰਾਜ ਆ ਪਸੀਨਾ ਆਇਆ ਉਹਨੂੰ ਉਹ ਬੱਸ ਵੀ ਕਰ ਹੁਣ ਚੱਲ ਕੋਈ ਨਾ ਚੰਗਾ ਹੋਇਆ ਪੈਸੇ ਬਚ ਗਏ ਕੰਜੂਸ ਮੱਖੀ ਚੂਸ ਚਾਚੀ ਤੇ ਕਹਿੰਦੀ ਕੰਜੂਸ ਮੱਖੀ ਚੂਸ Let's go. Aaj ki party samapt. Time to have some dinner. Let's go for dinner. Thank you na for. Oh ho 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 ho. Ek de syane jawak sade. Koi na pale fun nahi karna do tin din aur. Kal apan dekhange je Amritsar gaya Amritsar fun karna. ਪਰਸੋਂ ਗੱਡੀ ਧਵਾਈ ਆ ਲਿਬੜ ਵੀ ਗਈ ਪਹਿਲੇ ਵਧੀਆ ਸੀ ਟਾਇਰ ਪਰ ਊ ਸੋਹਣੀ ਐ ਲੱਗਦੀ ਹੈ ਹੁਣ ਵੀ ਕੀ ਖਾਓਗੇ ਸ਼ਾਹੀ ਪਨੀਰ ਕੜਾਹੀ ਪਨੀਰ ਮਟਰ ਪਨੀਰ ਦਾਲ ਤੜਕਾ ਮਿਕਸ ਵੈਜ ਦਾਲ ਮੱਖਣੀ ਯੈਲੋ ਦਾਲ ਜਾਂ ਫਿਰ ਗੋਲਗੱਪੇ ਜਾਂ ਫਿਰ ਟਿੱਕੀ ਜਾਂ ਫਿਰ ਦਹੀਂ ਭੱਲੇ ਸਿੰਪਲ ਰੋਟੀ ਫਿਰ ਸਾਡੇ ਹੁਣ ਟੇਬਲ ਤੇ ਦਹੀਂ ਭੱਲੇ ਸ਼ਾਹੀ ਪਨੀਰ ਕੜਾਹੀ ਪਨੀਰ ਪਨੀਰ ਟਿੱਕਾ ਆਊਗਾ ਬਈ ਬਈ ਟਿੱਕਾ ਵੀ ਖਾ ਰਿਹਾ ਇਹ ਬਈ ਟਿੱਕਾ ਵੀ ਨਹੀਂ ਫਿਰ ਠੀਕ ਹੈ ਕਿ ਕੀ ਬਣਾ ਚਾ ਚੁੱਕਿਆ ਹੈ ਭਾਈ ਰਸਤੀ ਕਾ ਰਸਤੀ ਖਾ ਲਈ ਤੁਸੀਂ ਨਹੀਂ ਉਹ ਕਹਿੰਦੇ ਤੁਸੀਂ ਖਾ ਲਓ ਅਸੀਂ ਤਾਂ ਖਾਣੇ ਹੀ ਰਹਿੰਦੇ ਆ ਅਸੀਂ ਪਹਿਲਾਂ ਚਾਟ ਪਾਪੜੀ ਮੰਗਾ ਲਈ ਇਹ ਸਾਡੀ ਕੁੜੀ ਦਹੀਂ ਖਾਂਦੀ ਨਹੀਂ ਹੈਗੀ ਹੁਣ ਬੈਠੀ ਦੇਖਦੀ ਹੈ ਆਹਾਹਾਹਾ ਕੀ ਬਾਤ ਹੈ ਉਹ ਵੀ ਨਹੀਂ ਖਾਣਾ ਓਹੋ ਕੀ ਬਾਤ ਹੈ ਵੀ ਕੀ ਬਾਤ ਹੈ ਨੋਟ ਇੰਟਰਸਟਿਡ ਗਏ ਫਿਰ ਤੂੰ ਪੁੱਤ ਉੱਥੇ ਪੀਜ਼ਾ ਖਾ ਲੈਂਦੀ ਨਹੀਂ ਬਸ ਫਿਰ ਸੁੱਕੀ ਰੋਟੀ ਖਾਣੀ ਹੈ ਨੇ ਘਰੇ ਆ ਖਾ ਲਈ ਫਿਰ ਤੂੰ ਇੱਧਰ ਰੌਣਕੀ ਰਾਮ ਆਪਦੇ ਆਪ ਚ ਮਸਤ ਆ ਇਹ ਗੋਦੀ ਚ ਫਸ ਗਿਆ ਵਿਚਾਰਾ
ਫਾਈਨਲੀ ਫਾਈਨਲੀ ਸਿਮ ਦੀ ਕੋਈ ਚੀਜ਼ ਤਾਂ ਆਈ। ਖਾ ਲਾ ਵੀ ਖਾ ਲਾ ਹੁਣ ਕੋਈ ਚੀਜ਼ ਆਈ। ਕਹਿ ਹੁਣ ਪਰੇ ਹੋ ਜਾਓ, ਕਹਿ ਹੁਣ ਪਰੇ ਹੋ ਜਾਓ, ਚੱਕ ਦੋ ਵੱਡ ਗਿਆ ਹੁਣ, ਕਹਿ ਹੁਣ ਨਹੀਂ ਕਹਿ ਪਾ ਲਾ ਪਹਿਲਾਂ ਬੱਤੂ। चलो भी खाना पीना हो गया, हुणे चलिया घर नूं। पहला असीं सिम नूं दिखा दिखा खांदे सीगे, हुणे जाण के आइसक्रीम हुण साडा ढिड भर गया यार। खाने होंगे नहीं आइसक्रीम, अभी चंगे चीजा खाने पनीर पनूर, दही दुही मखण मुखण, समझ गया, दही मखण पनीर दुध लस्सी, तेरे अंग आइसक्रीम नहीं खाते। अज कल तो भी जवाकों के खेडन नू बहुत खेडा ने, साडे टाइम तो कुछ नहीं सी हुंदा, बस उही हुंदा सी मारियो वाली गेम जां माड़ी मोटी कौंटरा कौंटरा। जदों असीं छोटे हुंदे सी डैडी होणी इह कहिंदे हुंदे सी वी थोड़ा नज़ारा वा थोनू किन्ना कुछ आ खेडन नू थोड़े कोले, हुण मोबाइल जे मतलब जदों असीं छोटे हुंदे उदों 11वीं 12वीं जदों कि मोबाइल होण लग गए सीगे। बट अज कल हुण असीं गां होर कहिंदे वी अज कल जवाक दूजी तीजी जी मोबाइल टैबलेट जां इंटरनेट ते कुछ देखदा, मतलब जमाना हौली हौली पीढ़ी बाय पीढ़ी चेंज हुंदा रहिंदा वा। ते अज जवाक भी खेड के पूरा थक के आउंदे सारे डैप पे। ते हुण आपां वी आह ब्लॉग करदे आं इत्थे एंड। जो ब्लॉग वधिया लग्या होया किसे भी रीजन करके ब्लॉग नूं लाइक चैनल सबसक्राइब ते समां जां कमेंट जरूर करिओ। चंगा जी, बाय बाय, टाटा, टेक केयर।